ਗੁਰੂ ਨਗਰੀ ਅੰਮ੍ਰਿਤਸਰ ਕ੍ਰਾਈਮ ਸਿਟੀ ਬਣਦੀ ਜਾ ਰਹੀ ਹੈ। ਅਜਿਹਾ ਕੋਈ ਦਿਨ ਨਹੀਂ ਜਦੋਂ ਗੁਰੂ ਨਗਰੀ 'ਚ ਕੋਈ ਕ੍ਰਾਈਮ ਨਾ ਹੋਵੇ। ਲੰਘੀ ਰਾਤ ਵੀ ਹਲਕਾ ਜੰਡਿਆਲਾ 'ਚ ਚਾਰ ਲੁਟੇਰਿਆਂ ਨੇ ਇੱਕ ਸੁਨਿਆਰੇ ਨੂੰ ਪਿਸਤੌਲ ਦੀ ਨੋਕ 'ਤੇ ਲੁੱਟਿਆ ਹੈ। ਦਰਅਸਲ ਸੁਲਤਾਨਵਿੰਦ ਦੇ ਰਹਿਣ ਵਾਲੇ ਹਰਪਾਲ ਸਿੰਘ ਨੇ ਦੱਸਿਆ ਹੈ ਕਿ ਰਈਆ 'ਚ ਜਵੈਲਰੀ ਸ਼ਾਪ 'ਤੇ ਉਹ ਰਾਤ ਨੂੰ ਵਾਪਸ ਆ ਰਿਹਾ ਸੀ ਕਿ ਨਿੱਜਰਪੁਰਾ ਮੋੜ ਦੇ ਕੋਲ ਚਾਰ ਲੁਟੇਰਿਆਂ ਨੇ ਗਨ ਪੁਆਇੰਟ 'ਤੇ ਉਸ ਕੋਲੋਂ ਕਾਰ ਅਤੇ ਕਰੀਬ 3.25 ਲੱਖ ਰੁਪਏ ਦਾ ਕੈਸ਼ ਲੁੱਟ ਲਿਆ ਅਤੇ ਫਰਾਰ ਹੋ ਗਏ। ਉੱਧਰ ਪੁਲਿਸ ਨੇ ਹਰਪਾਲ ਸਿੰਘ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ 'ਚ ਪੁਲਿਸ ਵੱਲੋਂ ਨੇੜਲੇ ਦੇ CCTV ਕੈਮਰੇ ਵੀ ਖੰਗਾਲੇ ਜਾ ਰਹੇ ਹਨ ਤਾਂ ਜੋ ਲੁਟੇਰਿਆਂ ਦਾ ਕੋਈ ਸੁਰਾਗ ਲਗਾਇਆ ਜਾ ਸਕੇ। ਆਨਸਰ ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਹਰਪਾਲ ਸਿੰਘ ਜੀ। ਕੀ ਹੈ ਜੀ ਤੁਹਾਡੇ ਨਾਲ? ਮੇਰੇ ਨਾਲ ਮੇਰੀ ਸ਼ੌਪ ਰਹੀ ਹੈ ਜੀ, ਡੇਲੀ ਦਾ ਅਪ ਡਾਊਨ ਹੈ, ਚੌੜਾ ਜਿਲ੍ਹਾ ਸ਼ੌਪ ਹੈ। ਉੱਥੋਂ ਮੈਂ ਰੋਜ਼ ਦੀ ਤਰ੍ਹਾਂ ਦੁਕਾਨ ਵਧਾ ਕੇ ਵਾਪਸ ਘਰ ਆ ਰਿਹਾ ਸੀ ਅਤੇ ਟੂਲ ਪਹਿਲਾਂ ਲਾ ਕੇ ਆ ਕੇ ਚਾਰ ਬੰਦੇ ਸਵਿਫਟ ਗੱਡੀ ਵਾਈਟ ਕਲਰ ਦੀ, ਜਿਹਨਾਂ ਨੇ ਮੈਨੂੰ ਆ ਕੇ ਘੇਰਾ ਪਾੜਿਆ ਅਤੇ ਇਹ ਸਾਬੇ ਦੇ ਬਿਲਕੁਲ ਸਾਹਮਣੇ ਪਰਲੀ ਸਾਈਡ 'ਤੇ। ਠੀਕ ਹੈ ਜੀ। ਕਿੰਨੇ ਬੰਦੇ ਸੀ? ਚਾਰ ਬੰਦੇ। ਅੱਛਾ ਜੀ। ਮੈਨੂੰ ਗੱਡੀ ਚ ਉਤਰਨ ਵਾਸਤੇ ਕਿਹਾ ਪਿਸਤੌਲ ਦਿਖਾ ਕੇ, ਮੈਂ ਉਤਰ ਗਿਆ ਤੇ ਫਿਰ ਉਹਨਾਂ ਨੇ ਗੱਡੀ ਜਿਹੜੀ ਮੇਰੀ ਚਾਬੀ ਲੈ ਕੇ ਤੇ ਗੱਡੀ ਚ ਬਹਿ ਕੇ ਸਵਾਰ ਹੋ ਗਏ। ਫਿਰ ਵਾਪਸ ਜਲੰਧਰ ਦੀ ਬੱਸ ਉਧਰੋਂ ਮੁੜ ਗਏ ਜਲੰਧਰ ਵੱਲ। ਹਰਪਾਲ ਸਿੰਘ ਨੇ ਚੌੜਾ ਜਿਲ੍ਹਾ ਦੀ ਦੁਕਾਨ ਆ ਰਹੀ ਹੈ, ਉਹ ਜਾ ਰਹੇ ਸੀ ਸ਼ਹਿਰ ਨੂੰ, ਉਹਨਾਂ ਦੀ ਉਹਨਾਂ ਕੋਲ ਬਰੀਜ਼ਾ ਗੱਡੀ ਜਿਹੜੀ ਆ ਉਹਦੀ ਖੋਹ ਹੋਈ ਹੈ, ਵਿੱਚ ਉਹਦੇ ਕੁਛ ਉਹਨਾਂ ਦਾ ਕੈਸ਼ ਸੀ 3.5 ਲੱਖ ਰੁਪਏ ਦੇ ਲੱਗ ਪੈ ਗਏ। ਉਹ ਸਾਬੇ ਦੇ ਲਾਗੇ ਟੋਲ ਪਾਜੇ ਤੋਂ ਥੋੜ੍ਹਾ ਪਹਿਲਾਂ ਸਵਿਫਟ ਗੱਡੀ ਦੇ ਉੱਤੇ ਚਾਰ ਨੌਜਵਾਨ ਸੀ। ਹਰਪਾਲ ਸਿੰਘ ਦੇ ਦੱਸਣ ਮੁਤਾਬਕ ਉਹਨਾਂ ਦੋਵਾਂ ਜਾਣੇ ਕੋਲ ਵੈਪਨ ਸੀ, ਜਦੋਂ ਉਹਨਾਂ ਨੇ ਅੱਗੇ ਗੱਡੀ ਲਾ ਕੇ ਡਾਕੇ ਦੇ ਨਾਲ ਕੋਈ ਗੱਡੀ ਦੀ ਖੋਹ ਕੀਤੀ। ਹਾਂ, ਵਿੱਚ 3.5 ਲੱਖ ਰੁਪਏ ਦੇ ਲੱਗ ਜਾ ਕੇ ਉਹਨਾਂ ਨੇ ਦੱਸਿਆ ਅਮਾਊਂਟ ਜਿਹੜਾ ਗਿਆ ਹੈ। ਹਥਿਆਰ ਉਹਨਾਂ ਕੋਲ ਰਿਵਾਲਵਰ ਟਾਈਪ ਦਾ ਜਿੱਦਾਂ ਦੇ ਇਹਨਾਂ ਨੂੰ ਦਿਸੇ ਹਨ ਇਹਦੇ ਵਿੱਚ ਇਹਨਾਂ ਨੇ ਦੱਸਿਆ। ਅਜੇ ਜਾਂਚ ਚੱਲ ਰਹੀ ਹੈ, ਅਸੀਂ ਆਪਣੇ ਹਰ ਪਹਿਲੂ 'ਤੇ ਉਹਨੂੰ ਵਾਚਦੇ ਹਾਂ, ਦੇਖ ਰਹੇ ਹਾਂ ਕਿ ਇਹ ਰਈਏ ਤੋਂ ਇਹਨਾਂ ਦੀ ਚੌੜਾ ਜਿਊਲਰੀ ਦੀ ਦੁਕਾਨ ਆ ਰਹੀਏ, ਉੱਥੋਂ ਉਹਨੇ ਦੱਸਣ ਮੁਤਾਬਕ ਬੰਦ ਕਰਕੇ ਅਤੇ ਸ਼ਹਿਰ ਨੂੰ ਆਪਣੇ ਘਰ ਨੂੰ ਜਾ ਰਹੇ ਸੀ। ਨਹੀਂ, ਇਕੱਲੇ ਇਹਨਾਂ ਦੱਸਣ ਮੁਤਾਬਕ ਇਕੱਲੇ ਸੀ। ਇਹਦੇ ਵਿੱਚ ਅਸੀਂ ਵੱਖ ਵੱਖ ਪਹਿਲੂਆਂ 'ਤੇ ਅਸੀਂ ਜਾਂਚ ਕਰ ਰਹੇ ਹਾਂ, ਇਹਦੇ ਵਿੱਚ ਅਸੀਂ ਆਪਣੇ ਬਾਕੀ ਡਿਟੇਲਸ ਵਗੈਰਾ ਦੇ ਹਿਸਾਬ ਨਾਲ ਬਾਕੀ ਅਸੀਂ ਕਰ ਰਹੇ ਹਾਂ। ਬਿਊਰੋ ਰਿਪੋਰਟ, ਪੰਜਾਬ ਟੂਡੇ।